ਤੋ باوجود ਅਫਸਾਨਾ ਖਾਨ ਨੇ ਸਕੂਲ ਦੇ ਵਿੱਚ ਬੱਚੇ ਦੇ ਸਾਹਮਣੇ ਮਾਸੂਮ ਬੱਚੇ ਦੇ ਸਾਹਮਣੇ ਭੜਕਾਉ ਗਾਣਾ ਗਾਇਆ ਨੇ ਕਿਹੜੀ-ਕਿਹੜੀ ਗੱਲਾਂ ਦਾ ਜ਼ਿਕਰ ਕੀਤਾ ਜਿਸ ਦੇ ਤਹਿਤ ਅਫਸਾਨਾ ਖਾਨ ਤੇ ਕਾਰਵਾਈ ਹੋਵੇ ਉਸ ਤੋਂ ਬਾਅਦ ਉਹ ਕਿਵੇਂ ਗਿਆ ਕਿਉਂ ਗਿਆ ਅਫਸਾਨਾ ਖਾਨ ਨੂੰ ਬੁਲਾ ਕੇ ਆਈਪੀਸੀ ਅੰਡਰ ਬੁੱਕ ਕੀਤਾ ਜਾਵੇ ਕਸੂਰ ਕਿਸ ਦਾ ਪ੍ਰਿੰਸੀਪਲ ਦਾ ਕਸੂਰ ਮੰਨਦੇ ਹੋ ਕਿ ਅਫਸਾਨਾ ਖਾਨ ਦਾ ਜ਼ਿਆਦਾ ਕਸੂਰ ਮੰਨਦੇ ਹੋ ਪ੍ਰਿੰਸੀਪਲ ਜਾਂ ਡੀਈਓ ਜਾ ਸਿੱਖਿਆ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰੀ ਹੁੰਦੇ ਨੇ ਤੁਸੀਂ ਹੁਣ ਗੱਲ ਮੰਨੀ ਹੈ ਕਿ ਪ੍ਰਿੰਸੀਪਲ ਦਾ ਵੀ ਕੁਸੂਰ ਹੈ ਫਿਰ ਪ੍ਰਿੰਸੀਪਲ ਦੇ ਖਿਲਾਫ ਤੁਸੀਂ ਕਾਰਵਾਈ ਨੂੰ ਕਿਉਂ ਨਹੀਂ ਉੱਥੇ ਸ਼ਿਕਾਇਤ ਦਿੱਤੀ ਤੇ ਸਜ਼ਾ ਹੋਵੇ ਇਹਨਾਂ ਨੂੰ ਭੁਗਤਣਾ ਪਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੋਈ ਗਾਇਕ ਹਿੰਮਤ ਨਾ ਕਰੇ ਕਿ ਸਕੂਲ ਕਾਲਜ ਯੂਨੀਵਰਸਿਟੀ ਦੇ ਵੇੜੇ ਦੇ ਵਿੱਚ ਜਾ ਕੇ ਤੁਸੀਂ ਮਨਮਰਜ਼ੀ ਗਾਣਾ ਗਾਵੇ ਮੈਂ ਉਸ ਡਰ ਨੂੰ ਹੁਣ ਹਰੇਕ ਦੇ ਮਨ ਦੇ ਵਿੱਚ ਗਾਇਕ ਦੇ ਮਨ ਵਿੱਚ ਆ ਜਾਵੇ ਇੱਕ ਸੀਨ ਇਹੋ ਜਿਹਾ ਸੀਨ ਹੈ ਜੋ ਇਤਰਾਜ ਹੋ ਹੈ ਸੁੱਕਾ ਕਾਲੋ ਦੀ ਵਿਅਕਤੀਤਵ ਨੂੰ ਪ੍ਰਸਾਲਟ ਨੂੰ ਡਾਊਨ ਕਰ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ ਕੋਈ ਨਿਯਮ ਨਹੀਂ ਹੈ ਕੋਈ ਪਾਲਿਸੀ ਪੋਜੀਟਿਵ ਨਾ ਹੋਣ ਕਾਰਨ ਪੰਜਾਬ ਸਰਕਾਰ ਕੁਝ ਨਹੀਂ ਕਰਨ ਪਈ ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੰਨਾਂ ਦੀ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਜਿਹੜੇ ਬਾਦ ਬੈਠੇ ਨੇ ਕਿ ਉਹ ਇਹ ਜੀ ਫਿਲਮਾਂ ਵਾਸਤੇ ਪੈਸੇ ਨਾ ਦੇਣ ਫੇਕ ਡਾਇਰੈਕਟਰ ਨਹੀਂ ਹੈ ਸਾਰੇ ਇਹ ਡਾਇਰੈਕਟਰ ਨਹੀਂ ਹੋ ਸਕਦੇ ਇਹ ਪਾਰਟ ਟਾਈਮ ਹੁੰਦੇ ਨੇ ਇਹ ਲੋਕ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਜਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਕਿ ਸਕੂਲ ਦੇ ਵਿੱਚ ਅਫਸਾਨਾ ਖਾਨ ਗਾਇਕ ਨੇ ਬਹੁਤ ਹੀ ਇਤਹਾਯੋਗ ਗੀਤ ਗਾਇਆ ਏ ਤੁਹਾਨੂੰ ਅਸੀਂ ਇੱਥੇ ਦੱਸ ਦਈਏ ਕਿ ਜਦੋਂ ਵੀ ਕੋਈ ਸਰਕਾਰੀ ਸਕੂਲ ਦੇ ਵਿੱਚ ਗੀਤ ਗਾਉਂਦਾ ਤਾਂ ਉਸ ਦੀ ਬਕਾਇਦਾ ਪਰਮਿਸ਼ਨ ਲਈ ਜਾਂਦੀ ਹੈ ਬਿਨਾਂ ਪਰਮਿਸ਼ਨ ਦੇ ਵਿੱਚ ਸਰਕਾਰੀ ਜਗ੍ਹਾ ਤੇ ਤੁਸੀਂ ਕੋਈ ਵੀ ਗੀਤ ਨਹੀਂ ਗਾ ਸਕਦੇ ਪਰ ਜਿਸ ਤਿੱਕ ਨਾਲ ਅਫਸਾਨਾ ਖਾਨ ਨੇ ਇੱਥੇ ਗੀਤ ਗਾਇਆ ਹੈ ਉਸ ਨੂੰ ਲੈ ਕੇ ਹੋਣ ਵਿਵਾਦ ਵੱਧਾ ਹੀ ਜਾ ਰਿਹਾ ਹੈ ਪ੍ਰਸ਼ਾਸਨ ਨੇ ਇੱਕ ਪਾਸੇ ਤਾਂ ਪ੍ਰਿੰਸੀਪਲ ਉਤੇ ਕਾਰਵਾਈ ਕਰਨ ਨੂੰ ਕਹਿ ਦਿੱਤਾ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਕਿ ਉਹ ਇਸੀ ਦਾ ਜਵਾਬ ਦੇਣ ਕਿ ਅਫਸਾਨਾ ਖਾਨ ਨੂੰ ਕਿੰਨੇ ਪਰਮਿਸ਼ਨ ਦਿੱਤੀ ਸੀ ਕਿ ਉਹ ਉੱਥੇ ਆ ਕੇ ਗੀਤ ਗਾਣ ਦੂਸਰੇ ਪਾਸੇ ਉਹ ਅਫਸਾਨਾ ਖਾਨ ਤੇ ਵੀ ਗਾਜ ਗੀਤ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਦੇ ਖਿਲਾਫ ਵੀ ਇੱਕ ਸ਼ਿਕਾਇਤ ਚੰਡੀਗੜ੍ਹ ਤੋਂ ਪੰਜਾਬ ਯਾਨੀ ਕਿ ਮੁਕਸਾਵਲ ਨੂੰ ਚਲੀ ਗਈ ਹੈ ਐਸਐਸਪੀ ਨੂੰ ਮਾਦਕ ਕਰ ਦਿੱਤੀ ਗਈ ਸ਼ਿਕਾਇਤ ਕਿ ਅਫਸਾਨਾ ਖਾਨ ਨੇ ਇਹੋ ਜਿਹੇ ਪੜਕਾਉ ਗੀਤ ਬੱਚਿਆਂ ਦੇ ਸਾਹਮਣੇ ਕਿਉਂ ਗਾਏ ਨੇ ਹੁਣ ਪਹਿਲਾਂ ਤਾਂ ਉਸ ਤੋਂ ਪਹਿਲਾਂ ਤਾਂ ਉਹਨੇ ਅਸੀਂ ਵੀਡੀਓ ਦਿਖਾ ਦੀ ਅਫਸਾਨਾ ਖਾਨ ਦੀ ਜਿਸ ਉੱਪਰ ਸਭ ਨਾਲ ਜ਼ਿਆਦਾ ਵਿਵਾਦ ਛਿੜਾਇਆ ਜੱਟਾ ਕਰਦਾ ਜੱਟ ਸ਼ਰਿਆੰਤੂ ਦਾ ਜੱਟਾ ਸ਼ਰਿਆੰਤੂ ਦਾ ਧੱਕਾ ਕਰਦਾ ਹੈ ਜੱਟਾ ਸ਼ਰਿਆੰਤੂ ਦਾ ਧੱਕਾ ਕਰਦਾ ਵੇ ਜਿੱhti ਕੰਸੀ ਇਹ ਵੀਡੀਓ ਦੇਖੇ ਅਫਸਾਨਾ ਖਾਨ ਦਾ ਵੀ ਉਹ ਬੱਚੇ ਸਾਹਮਣੇ ਬੈਠੇ ਨੇ ਤਾਂ ਅਫਸਾਨਾ ਖਾਨ ਉਹਨਾਂ ਨੂੰ ਕੇਕ ਦੇ ਥਿੱਕੇ ਨਾਲ ਗਾ ਕੇ ਪਹਿਲਾਂ ਆਪ ਗਾਉਂਦੀ ਫਿਰ ਉਸ ਦੇ ਪਿੱਛੇ ਪਿੱਛੇ ਬੱਚੇ ਗਾਉਂਦੇ ਨੇ ਇੱਥੇ ਸਰਕਾਰੀ ਸਕੂਲ ਦੇ ਵਿੱਚ ਆਪਾਂ ਕੋਈ ਵੀ ਗੀਤ ਨਹੀਂ ਗਾ ਸਕਦੇ ਮੈਂ ਤੁਹਾਨੂੰ ਫੇਰ ਦੁਬਾਰਾ ਕਹਿ ਦਿੰਦਾ ਬਿਨਾਂ ਆਗਿਆ ਤੋਂ ਬਿਨਾਂ ਸਿੱਖਿਆ ਵਿਭਾਗ ਤੋਂ ਕੋਈ ਵੀ ਇੱਥੇ ਗਾਇਕ ਸਕੂਲ ਦੇ ਵਿੱਚ ਗਾਣਾ ਨਹੀਂ ਗਾ ਸਕਦਾ ਪਰ ਅਫਸਾਨਾ ਖਾਨ ਨੇ ਬਹੁਤ ਹੀ ਅਤਰਾਯੁਗ ਗਾਣਾ ਗਾਇਆ ਹੈ ਆਪਾਂ ਤੁਹਾਨੂੰ ਉਸ ਸ਼ਖਸ ਦੇ ਨਾਲ ਮਿਲਾਨੇ ਜਿਨ੍ਹਾਂ ਨੇ ਇਹਨਾਂ ਦੀ ਸ਼ਿਕਾਇਤ ਅਫਸਾਨਾ ਖਾਨ ਦੀ ਮਾਰਕ ਕਰਕੇ ਐਸਐਸਪੀ ਨੂੰ ਦਿੱਤੀ ਹੈ ਤੇ ਉਹਨਾਂ ਨੇ ਅੱਗੇ ਮੁਖਸਰ ਸਾਹਿਬ ਪੇਜ ਦਿੱਤੀ ਹੈ ਕਿਉਂਕਿ ਇਹ ਜੋ ਵੀਡੀਓ ਤੁਸੀਂ ਦੇਖੀ ਸੀ ਇਹ ਵੀਡੀਓ ਲੰਬੀ ਹਲਕਾ ਬਾਦਲ ਦੀ ਦੱਸੀ ਜਾਦੀ ਹੈ ਹੁਣ ਆਪਾਂ ਗੱਲਬਾਤ ਕਰਦੇ ਆ ਪ੍ਰੋਫੈਸਰ ਧਨੇਵਾ ਨਾਲ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ ਉਹ ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਆਉਂਦਾ ਹੈ ਕਿ ਵਾਕੈ ਹੀ ਪੰਜਾਬੀ ਮਾਂ ਬੋਲੀ ਜਿਸ ਤਿੱਕੇ ਨਾਲ ਗਾਇਕੜੇ ਨਵੇਂ ਆਦੇ ਨੇ ਆਪਣੇ ਆਪ ਨੂੰ ਹਿੱਟ ਕਵਾਉਣ ਵਾਸਤੇ ਘਿਟਾ ਲਾ ਦੇ ਨੇ ਪਹਿਲਾ ਫਸਾਨਾ ਖਾਨ ਦੀ ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਸ਼ਿਕਾਇਤ ਦਿੱਤੀ ਸ਼ਿਕਾਇਤ ਵਿੱਚ ਲਿਖਿਆ ਕੀ ਹੈ ਸਰ ਜਿਸ ਤਿੱਕੇ ਨਾਲ ਵੀਡੀਓ ਵਾਇਰਲ ਹੋਇਆ ਉਸ ਤੋਂ ਬਾਅਦ ਤੁਸੀਂ ਸ਼ਿਕਾਇਤ ਦਿੱਤੀ ਹੈ ਸ਼ਿਕਾਇਤ ਵਿੱਚ ਤੁਸੀਂ ਕਿਹਦੇ ਕਿਹਦਾ ਨਾਮ ਲਿਖਿਆ ਤੇ ਕਿਉਂ ਜੀ ਸ਼ਿਕਾਇਤ ਦੇ ਵਿੱਚ ਮੈਂ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ 22/2019 ਦੇ ਵਿੱਚ ਇਹ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਤੇ ਵੀ ਲੱਚਰ ਸ਼ਰਾਬੀ ਹਤਿਆਰੀ ਗਾਣਾ ਨਹੀਂ ਚੱਲਣਗੇ ਇਸ ਤੋਂ ਬਾਵਜੂਦ ਅਫਸਾਨਾ ਖਾਨ ਨੇ ਸਕੂਲ ਦੇ ਵਿੱਚ ਬੱਚੇ ਦੇ ਸਾਹਮਣੇ ਮਾਸੂਮ ਬੱਚੇ ਦੇ ਸਾਹਮਣੇ ਭੜਕਾਉ ਗਾਣਾ ਗਾਏ ਨੇ ਜੋ ਕਾਨੂੰਨ ਦੀ ਉਲੰਘਣਾ ਹੈ ਮਾਨੋ ਪੰਜਾਬ ਹਰਿਆਣਾ ਹਾਈ ਕੋਰਟ ਦੀ ਅਵੇਹਲਨ ਹੈ ਇਸ ਤੋਂ ਇਲਾਵਾ ਮੈਨੇ ਇੱਕ ਦਲੀਲ ਵੀ ਦਿੱਤਾ ਹੋਇਆ ਹੈ ਨੌਇਜ਼ ਪੋਲੂਸ਼ਨ ਐਕਟ ਦੀ ਉਲੰਘਣਾ ਹੈ ਜੋ ਸਕੂਲ ਸਕੂਲ ਕਾਲਜ ਯੂਨੀਵਰਸਿਟੀ ਹਸਪੀਟਲ ਸਾਰੇ ਸਾਇਲੈਂਟ ਜ਼ੋਨ ਵਿੱਚ ਪੈਂਦੇ ਨੇ ਤੇ ਉੱਥੇ ਗਾਉਣਾ ਉੱਚੀ ਆਵਾਜ਼ ਨਾਲ ਉਹ ਨੌਇਜ਼ ਪੋਲੂਸ਼ਨ ਐਕਟ ਦੇ ਖਿਲਾਫ ਹੈ ਤੇ ਮੈਨੂੰ ਲੱਗਦਾ ਹੈ ਯੀ ਐਸਐਸਪੀ શ્રી ਮੁਖਸਸ ਸਾਹਿਬ ਦੇ ਐਸਐਸਪੀ ਸਾਹਿਬ ਕਾਰਵਾਈ ਕਰਨਗੇ ਇਸਦੀ ਕਾਪੀ ਮੈਂ ਮਾਨਯੋਗ ਸੀਐਮ ਸਾਹਿਬ ਪੰਜਾਬ ਸਰਕਾਰ ਡੀਜੀਪੀ ਪੰਜਾਬ ਇਸ ਤੋਂ ਇਲਾਵਾ 77 ਸਿੱਖਿਆ 77 ਮਮ ਕ੍ਰਿਸ਼ਨ ਕੁਮਾਰ ਸਾਹਿਬ ਨੂੰ ਵੀ ਭੇਜਿਆ ਤੁਸੀਂ ਮੁਖਸਰ ਸਾਹਿਬ ਵੀ ਇਹ ਹੁਣ ਤੁਸੀਂ ਗੱਲਬਾਤ ਕੀਤੀ ਕਿ ਉੱਥੇ ਵੀ ਸ਼ਿਕਾਇਤ ਭੇਜੀ ਹੈ ਮੁਖਸਰ ਸਾਹਿਬ ਕਿਹਨੂੰ ਸ਼ਿਕਾਇਤ ਭੇਜੀ ਹੈ ਕਿ ਤੁਸੀਂ ਕਿਹੜੀ-ਕਿਹੜੀ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਸ ਦੇ ਤਹਿਤ ਅਫਸਾਨਾ ਖਾਨ ਤੇ ਕਾਰਵਾਈ ਹੋਵੇ ਜੀ ਐਸਐਸਪੀ ਸਾਹਿਬ ਮੁਖਸਰ ਸਾਹਿਬ ਨੂੰ ਮੈਂ ਭੇਜਿਆ ਹੈ ਕਾਪੀ ਉਹ ਕਾਰਵਾਈ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਮਾਰਕ ਕਰਕੇ ਡੀਐਸਪੀ ਮਲੋਟ ਨੂੰ ਪੜਤਾਲ ਲਈ ਭੇਜੇ ਨੇ ਉਹ ਕਾਰਵਾਈ ਕਰਨਗੇ ਉਹ ਸੱਮਨ ਵੀ ਭੇਜਿਆ ਗਿਆ ਉਹ ਸੱਮਨ ਜਾਰੀ ਕਰ ਦਿੱਤਾ ਗਿਆ ਉਹ ਹਾਜ਼ਰ ਹੋ ਜਾਣਗੇ ਅਫਸਨਾ ਕਾਨ ਉਹਦੇ ਵਿੱਚ ਮੈਂ ਸਾਫ ਦਲੀਲ ਦਿੱਤਾ ਹੈ ਕਿ ਉਹ ਬੱਚੇ ਦੇ ਸਾਹਮਣੇ ਮਾਸੂਮ ਬੱਚੇ ਦੇ ਸਾਹਮਣੇ ਲਕਚਰ ਸ਼ਰਾਬੀ ਹਤਿਆਰੀ गाना गा ਕੇ ਬੱਚੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਨੇ ਜੋ ਗਲਤ ਹੈ ਗੈਰ ਕਾਨੂੰਨੀ ਹੈ ਇਸ ਤੋਂ ਲੋ ਨੋਇਸ ਪੋਲੂਸ਼ਨ ਐਕਟ ਇਹ ਦਲੀਲ ਦਿੱਤਾ ਹੈ ਤੇ ਮਾਨਯੋਗ ਹਾਈ ਕੋਰਟ ਦੀ हुकुम दी कॉपी ਵੀ ਪੇਜ ਜਾ ਮੈਂ ਉਹ ਉਹ ਮਾਨਯੋਗ ਹਾਈ ਕੋਰਟ ਦੀ ਕਹਿਣਾ ਹੈ ਕਿ ਅਜੇ ਗਾਣੇ ਕਿਤੇ ਵੀ ਨਹੀਂ ਚੱਲਣਗੇ ਉਸ ਤੋਂ ਬਾਅਦ ਉਹ ਕਿਵੇਂ ਗਿਆ ਕਿਉਂ ਗਿਆ ਅਫਸਾਨਾ ਕਾ ਨੂੰ ਬੁਲਾ ਕੇ ਆਪੀਸੀ ਅੰਡਰ ਬੁੱਕ ਕੀਤਾ ਜਾਵੇ ਤੁਸੀਂ ਕਸੂਰ ਕਿਸ ਦਾ ਮੰਨਦੇ ਹੋ ਅਫਸਾਨਾ ਇੱਕ ਜਦੋਂ ਵੀ ਆਪਾਂ ਸਕੂਲ ਦੇ ਵਿੱਚ ਕੋਈ ਗਾਇਕ ਆਂਦਾ ਹੈ ਪਹਿਲਾਂ ਇਨਵੀਟੇਸ਼ਨ ਦਿੱਤਾ ਜਾਂਦਾ ਹੈ ਪਹਿਲਾਂ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਸਕੂਲ ਦੇ ਵਿੱਚ ਆ ਸਕਦੇ ਹੋ ਗਾਣੇ ਗਾ ਸਕਦੇ ਹੋ ਕਸੂਰ ਕੀ ਦਾ ਪ੍ਰਿੰਸੀਪਲ ਦਾ ਕਸੂਰ ਮੰਨਦੇ ਹੋ ਕਿ ਅਫਸਾਨਾ ਖਾਂ ਦਾ ਜ਼ਿਆਦਾ ਕਸੂਰ ਮੰਨਦੇ ਹੋ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਪ੍ਰਿੰਸੀਪਲ ਜਾਂ ਡੀਓ ਜਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰੀ ਹੁੰਦੇ ਨੇ ਸਕੂਲ ਦੇ ਬੱਚੇ ਦੇ ਨੇੜੇ ਤੱਕ ਪਹੁੰਚਣ ਵਾਲੇ ਸਖਸੀਅਤ ਨੂੰ ਰੋਕਣ ਦਾ ਰੋਕਣ ਦਾ ਕੰਮ माय प्रिंसिपल दी प्रिंसिपल उस ਫਰਜ ਨੂੰ ਨਿਵਾ ਨਾ ਨਿਵਾੰਦੇ ਹੋਏ ਅਫਸਾਨਾ ਖਾਨ ਨੂੰ ਵਿਹੜੇ ਦੇ ਵਿੱਚ ਬੁਲਾ ਕੇ ਉਹ ਜਗਾਣਾ ਗਵਾਣਾ ਪ੍ਰਿੰਸੀਪਲ ਦੇ ناکਾਮੀ ਲੱਗਦੀ ਹੈ ਪਰ ਮੈਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਮੰਗ ਇਹ ਕਿਉਂ ਕਿਉਂ ਨਹੀਂ ਕਾਰਵਾਈ ਤੁਸੀਂ ਅਫਸਾਨਾ ਖਾਨ ਦੇ ਖਿਲਾਫ ਕਾਰਵਾਈ ਦਿੱਤੀ ਹੈ ਤੁਸੀਂ ਹੁਣ ਗੱਲ ਮੰਨੀ ਹੈ ਕਿ ਪ੍ਰਿੰਸੀਪਲ ਦਾ ਵੀ ਕਸੂਰ ਹੈ ਫਿਰ ਪ੍ਰਿੰਸੀਪਲ ਦੇ ਖਿਲਾਫ ਤੁਸੀਂ ਕਾਰਵਾਈ ਨੂੰ ਕਿਉਂ ਨਹੀਂ ਉੱਥੇ ਸ਼ਿਕਾਇਤ ਦਿੱਤੀ ਨਹੀਂ ਮੈਂ ਸ਼ਿਕਾਇਤ ਦੇ ਵਿੱਚ ਉਸ ਪ੍ਰਿੰਸੀਪਲ ਦੀ ਨਾਮ ਦਰਜ ਨਹੀਂ ਹੋਇਆ ਲਿਖਿਆ ਨਹੀਂ ਕਿਉਂਕਿ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਸਖਤਰ ਕ੍ਰਿਸ਼ਨ ਕੁਮਾਰ ਸਾਹਿਬ ਕਰਨ ਕੇ ਬੀ ਸੀ ਸਾਹਿਬ ਕਰਨ ਕੇ ਟੀਓ ਕਰਨ ਕੇ ਬਹੁਤ ਸਾਰੇ ਲੋਕ ਨੇ ਕਰਨ ਲਈ ਜਾਂਚ ਕਰਨ ਲਈ ਡਿਪਾਰਟਮੈਂਟਲ ਇਨਕੁਇਰੀ ਕਰਵਾਉਣ ਲਈ ਬਹੁਤ ਸਾਰੇ ਅਧਿਕਾਰੀ ਬੈਠੇ ਨੇ ਪਰ ਅਫਸਾਨਾ ਖਾਨ ਦੇ ਖਿਲਾਫ ਕਾਰਵਾਈ ਕੰਮ ਕਰਾਉਣ ਲਈ ਕੋਈ ਨਹੀਂ ਸਿਰਫ ਤਾਂ ਸਿਰਫ ਮੈਂ ਹੋ ਸਕਦਾ ਕਿਉਂਕਿ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹੋ ਜਿਹਾ ਗਾਣੇ ਦੇ ਖਿਲਾਫ ਜਨਹਿਤੀ ਕੈਚ ਕਾ ਦਰਜ ਕਰਕੇ ਮੈਂ 2-3 ਸਾਲ ਤੋਂ ਲੜ ਰਿਹਾ ਕੋਰ ਦੇ ਵਿੱਚ ਮੈਨੂੰ ਪਤਾ ਹੈ ਕਿਸ ਨੂੰ ਫੜਨਾ ਹੈ ਕਿਉਂਕਿ ਉਹ ਗਾਇਕ ਗਾਇਕੀ ਜਿੱਥੇ ਮਰਜ਼ੀ ਜਾ ਕੇ ਤੁਸੀਂ ਬੜਕਾਓ ਗਾਣਾ ਨਹੀਂ ਗਾ ਸਕਦੇ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਮੇਰੇ ਜਨਹਿਤ ਕੇ ਆਜ ਕਾ ਤੇ ਫੈਸਲਾ ਸੁਣਾਉਣ ਦੇ ਕੇ ਆ ਕਿ ਗਾਣਾ ਨਹੀਂ ਗਾ ਸਕਦੇ ਤੁਸੀਂ ਲਾਈਵ ਤੇ ਉਹ ਗਾਣਾ ਗਾ ਚੁੱਕੇ ਨੇ ਇਸ ਲਈ ਮੈਂ ਅਫਸਾਨਾ ਖਾਨ ਦੇ ਖਿਲਾਫ ਪਰਸਨਲੀ ਤੌਰ ਤੇ ਕੰਪਲੇਂਟ ਦਰਜ ਕੀਤਾ ਜਿਸ ਦੇ ਕਾਰਵਾਈ ਹੋ ਰਹੀ ਹੈ ਤੁਹਾਨੂੰ ਕਿ ਤੁਸੀਂ ਅਫਸਾਨਾ ਖਾਨ ਨੂੰ ਇਹ ਗਾਣਾ ਜਾਂ ਇਹ ਗੀਤ ਗਾਣ ਦੀ ਕਿਉਂ ਲੋੜ ਪਈ ਹੈ ਕਿਉਂਕਿ ਪਹਿਲਾਂ ਹੀ ਬੈਨ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਨੇ ਵੀ ਗੱਲ ਕਹੀ ਹੈ ਕੋਈ ਵੀ ਭੜਕਾਉ ਗੀਤ ਨਹੀਂ ਗਾਏਗਾ ਉਹ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਜਾਂਦੇ ਹੋ ਸਰਕਾਰੀ ਸਕੂਲ ਦੇ ਵਿੱਚ ਬਿਨਾਂ ਅੱਗੇ ਤੋਂ ਗਾਣਾ ਤੁਸੀਂ ਨਹੀਂ ਗਾ ਸਕਦੇ ਫਿਰ ਤੁਹਾਨੂੰ ਕੀ ਲੱਗਦਾ ਵੀ ਅਫਸਾਨਾ ਖਾਨ ਨੂੰ ਕਿਉਂ ਲੋੜ ਪਈਗੀ ਉਹ ਗੀਤ ਗਾਣ ਨੂੰ ਮੈਨੂੰ ਲੱਗਦਾ ਅਫਸਾਨਾ ਖਾਨ ਇਸ ਹੁਕਮ ਦੇ ਬਾਰੇ ਜਾਣਕਾਰੀ ਨਹੀਂ ਹੋ ਜੇਕਰ ਉਹਨਾਂ ਦੇ ਕੋਲ ਜਾਣਕਾਰੀ ਹੋਣਾ ਉਹ ਮਾਨਯੋਗ ਹਾਈ ਕੋਰਟ ਦੀ ਹੁਕਮ ਦੇ ਬਾਰੇ ਉਹ ਕਦੇ ਵੀ ਹਿੰਮਤ ਨਹੀਂ ਕਰਨ ਕਰਦੇ ਹੁੰਦੇ ਪਰ ਮੈਨੂੰ ਲੱਗਦਾ ਉਹਨਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਉਹ ਗਾ ਚੁੱਕੇ ਨੇ ਉਹ ਮੈਂ ਇਨਚਾਹਾਂਗਾ ਕਿ ਇਨ੍ਹਾਂ ਤੇ ਸਜ਼ਾ ਹੋਵੇ ਇਹਨਾਂ ਨੂੰ ਬੁਗਤਨਾ ਪਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੋਈ ਗਾਇਕ ਹਿੰਮਤ ਨਾ ਕਰੇ ਕਿ ਸਕੂਲ ਕਾਲਜ ਯੂਨੀਵਰਸਿਟੀ ਦੇ ਵੇੜੇ ਦੇ ਵਿੱਚ ਜਾ ਕੇ ਤੁਸੀਂ ਮਨਮਰਜ਼ੀ ਗਾਣਾ ਗਾਵੇ ਮੈਂ ਉਹ ਪਰੰਪਰਾ ਨੂੰ ਖਤਮ ਕਰਨਾ ਚਾਹਾਂਗਾ ਭਾਵੇਂ ਉਹ ਅਫਸਨਾਖਾਨ ਨੂੰ ਦੰਡ ਦਿੱਤਾ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਰੇ ਤੇ ਸਾਰੇ ਜਾਗਣਗੇ ਜਿਵੇਂ ਸਿੱਧੂ ਮੂਸੇਵਾਲਾ ਦੇ ਖਿਲਾਫ ਐਫਐਆਰ ਦਰਜ ਹੋਇਆ ਹੈ ਮਨਕੀਰ ਤੌਲੜੀ ਦੇ ਖਿਲਾਫ ਐਫਐਆਰ ਦਰਜ ਹੋਇਆ ਹੈ ਸਾਰੇ ਕਲਾਕਾਰ ਸਾਰੇ ਗਾਇਕ ਦੇ ਮਨ ਦੇ ਵਿੱਚ ਹੁਣ ਡਰ ਪੈਦਾ ਹੋਇਆ ਹੈ ਮੈਂ ਉਸ ਨੂੰ ਹੁਣ ਹਰ ਇੱਕ ਦੇ ਮਨ ਦੇ ਵਿੱਚ ਗਾਇਕ ਦੇ ਮਨ ਵਿੱਚ ਆ ਜਾਵੇ ਤਾਂ ਕਿ ਸਕੂਲ ਦੇ ਬੱਚੇ ਦੇ ਸਾਹਮਣੇ ਤੁਸੀਂ ਹਿੰਮਤ ਨਾ ਕਰੇ ਉਹ ਜਗਾਣਾ ਗਾਉਂਦੇ ਖੁਣ ਫਿਲਮਾਂ ਦੀ ਵੀ ਗੱਲ ਕਰੀਏ ਤੁਸੀਂ ਕਈ ਜਿਹੜੀ ਫਿਲਮਾਂ ਕਾਦੀ ਸੁੱਖਾ ਕਹਿੰਦੇ ਉਸ ਉੱਪਰ ਵੀ ਤੁਸੀਂ ਕੰਪਲੀਟ ਦਰਜ ਕੀਤੀ ਹੈ ਕਿ ਉਹ ਉੱਥੇ ਰਿਲੀਜ਼ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਤੇ ਕਾਰਨ ਕੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਦੇਖਦੇ ਆਏ ਕਿ ਪੰਜਾਬ ਦੇ ਵਿੱਚ ਗਾਣੇ ਦੀ ਗੱਲ ਕਰ ਲਈਏ ਤੁਸੀਂ ਹਰ ਜਗ੍ਹਾ ਉਸ ਤੇ ਆਵਾਜ਼ ਉਠਾਈ ਹੈ ਜਿਹੜੇ ਲੱਚਰ ਗੀਤ ਹੁੰਦੇ ਨੇ ਸੁੱਖਾ ਕਾਲੋ ਦੀ ਫਿਲਮ ਆ ਰਹੀ ਹੈ ਕਿਤੇ ਨਾ ਕਿਤੇ ਇੱਥੇ ਸਰਕਾਰ ਦਾ ਵੀ ਇਥੇ ਦੋਲ ਹੁੰਦਾ ਹੈ ਹੈਗਾ ਕਿ ਸਰਕਾਰ ਵੀ ਇਸ ਜੀ ਨੂੰ ਨਾਥ ਪਾਵੇ ਕਿਉਂਕਿ ਉਹ ਗਾਣਾ ਆ ਚੁੱਕਿਆ ਹੈ ਸਰਕਾਰ ਨੂੰ ਵੀ ਨਜ਼ਰ ਰੱਖਣੀ ਚਾਹੀਦੀ ਹੈ ਵੀ ਜਿਹੜੇ ਇਹੋ ਜਿਹੇ ਗਾਣੇ ਆਉਂਦੇ ਨੇ ਫਿਲਮਾਂ ਆਦੀ ਉਸ ਨੂੰ ਬੈਨ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਕੋਈ ਐਕਸ਼ਨ ਨਹੀਂ ਕੀਤਾ ਹਾਲੇ ਤੱਕ ਸੁੱਖਾ ਕਾਲੂ ਦੀ ਫਿਲਮ ਨੂੰ ਲੈ ਕੇ ਬਿਲਕੁਲ ਬਿਲਕੁਲ ਤੁਹਾਡੇ ਵਿਚਾਰ ਨਾਲ ਮੈਂ ਸਹਿਮਤ ਹਾਂ ਕਿ ਅਜਿਹੀ ਫਿਲਮ ਜੋ ਗੈਂਗਸਟਰ ਕਲਚਰ ਨੂੰ ਬੜਾਉਂਦਾ ਜਿੰਦਾ ਉਹ ਗਾਣਾ ਫਿਲਮ ਹੀ ਨਹੀਂ ਆਉਣਾ ਚਾਹੀਦਾ ਤੇ ਗਾਣਾ ਤੋਂ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਮਨਾ ਕਰ ਦਿੱਤਾ ਹੈ ਉਹ ਜਿਹੜਾ ਬੜਕਾ ਗਾਣਾ ਨਾ ਆਵੇ ਸੁੱਕਾ ਕਾਲੂ ਤੇ ਜਿਹੜੀ ਫਿਲਮ ਬਣ ਰਿਹਾ ਹੈ ਉਹ 21 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਉਸ ਤੋਂ ਪਹਿਲੇ ਉਹਨਾਂ ਨੇ ਟ੍ਰੇਲਰ ਗਾਣਾ ਕੱਢਿਆ ਜੋ ਭੜਕਾ ਹੋਵੇ ਜੋ ਗਲਤ ਹੈ ਤੋ ਪੂਰਾ ਫਿਲਮ ਦੇ ਵਿੱਚ ਭੜਕਾਉ ਗੈਂਗਸਟਰ ਕਲਚਰ ਨੂੰ ਵਧਾਉਣ ਵਾਲੇ ਸੀਨ ਨੇ ਇੱਕ ਸੀਨ ਇਹੋ ਜਿਹਾ ਸੀਨ ਹੈ ਜੋ ਇਤਰਾਜਯੋਗ ਹੈ ਸੁੱਕਾ ਕਾਲੂ ਦੀ ਵਿਅਕਤੀਤਵ ਨੂੰ ਪਰਸਾਲਟ ਨੂੰ ਡਾਊਨ ਕਰ ਸਕਦਾ ਹੈ ਕਿਉਂਕਿ ਕੁਝ ਦਿਨਾਂ ਤੋਂ ਪਹਿਲੇ ਸੁੱਕਾ ਕਾਲੂ ਦੇ ਮਾਮਾ ਨੇ ਇੱਕ बयान जारी की थी है कि ट्रेलर जो सीन दिखाया गया ट्रैक्टर ड्राइवर न शूट एक करैक्टर द ड्रैवर की मौत नहीं होया है ना शूटिंग हो उस दिन सिर्फ हाथापाई हुई है शूटिंग नहीं हो पर फिल्म ट्रेलर द्रेलर ड्राइवर की मौत दिखाई शूटिंग दिखाई जो गलत है इस दलील लेके मैंने कंप्लेंट दर्ज की थी एसएसपी साहब एसपी साहब साहब ज्यादा अजीत सिंह ने कार्रवाई करेंगे अच्छी मन कराएंगे इस फिल्म नो रोका जावे और जब भड़काओ गाना रोका जावे माननीय मुख्यमंत्री साहब डीजीपी पंजाबी पंजाब सारे गैंगस्टर कल्चर को खत्म करने में मेहनत कर, कर रहे ने इस राहते जकर गैंगस्टर कल्चर फिल्म आ जाने के गाना आ जाने के मेनू लगदा कितने कितने माननीय मुख्यमंत्री दी प्रयास ਇਤਨ ਦੇ ਖਿਲਾਫ ਜਾ ਸਕਦੀ ਹੈ ਇਸ ਲਈ ਫਿਲਮ ਬੈਨ ਹੋਣਾ ਚਾਹੀਦਾ ਸਰਕਾਰ ਆਪਣਾ ਕੰਮ ਕਰੇਗੀ ਹੁ ਹਾਲੇ ਵੀ ਸਾਡੇ ਕੋਲ 15 20 ਦਿਨ ਹੈ ਅਸੀਂ ਲੜਾਂਗੇ ਕੋਰਟ ਵੀ ਜਾ ਸਕਦੇ ਹਾਂ ਹਰਿਆਣੇ ਦੀ ਗੱਲ ਕਰ ਲਈ ਹਰਿਆਣੇ ਦੇ ਵਿੱਚ ਫਿਲਮਾਂ ਬੰਦੀਆਂ ਨੇ ਕਬੱਡੀ ਦੇ ਬੰਦੀਆਂ ਨੇ ਕਿਸੇ ਸਪੋਰਟਸ ਦੇ ਬੰਦੀਆਂ ਨੇ ਹੋਕੀ ਦੇ ਬੰਦੀਆਂ ਨੇ ਪੰਜਾਬ ਦੀ ਫਿਲਮਾਂ ਦੀ ਗੱਲ ਕਰ ਲਈਏ ਸਪੋਰਟਸ ਦੇ ਫਿਲਮਾਂ ਦੇ ਬਣੀਆਂ ਨੇ ਪਰ ਜੋ 100 ਫਿਲਮਾਂ ਦੇ ਵਿੱਚੋਂ ਪਈ ਲਗਾਈ ਜੀ ਅਸੀਂ ਤਿੰਨੀਆਂ ਚਾਰ ਕਿਤੇ ਨਾ ਕਿਤੇ ਤਾਂ ਲੱਗਦਾ ਪੰਜਾਬ ਵਿੱਚ ਗੈਂਗਸਟਰ ਨੂੰ ਬੜਾਵਾ ਦਿੱਤਾ ਜਾ ਰਿਹਾ ਤੇ ਦੂਸਰੇ ਪਾਸੇ ਸਰਕਾਰ ਨੇ ਠੀਕ ਹੈ ਇਹ ਰੋਕਤ ਲਗਾਈ ਹੈ ਵੀ ਕਿੱਲ ਕਿੱਤੇ ਵੀ ਜਾ ਕੇ ਪੰਜਾਬੀ ਲੱਛੇ ਗੀਤ ਨਹੀਂ ਗਾ ਸਕਦੇ ਫਿਲਮਾਂ ਦਾ ਕੀ ਕੀਤਾ ਜਾਵੇ ਜਿਹੜੀ ਫਿਲਮਾਂ ਆ ਰਹੀਆਂ ਨੇ ਅੱਗੇ ਵੀ ਆਉਂਦੀਆਂ ਨੇ ਕਿ ਜਿਨ੍ਹਾਂ ਤੇ ਨਾਥ ਨਾ ਪਈ ਤੁਸੀਂ ਆਪਣੇ ਵੱਲੋਂ ਪਰਸਨਲ ਤੌਰ ਤੇ ਤਾਂ ਕੰਪਲੀਟ ਪਾ ਦਿਓ ਪਰ ਸਰਕਾਰ ਇੱਥੇ ਆਪਣਾ ਰੋਲ ਫੇਰ ਕਿਉਂ ਨਹੀਂ ਨਿਭਾਦੀ ਫਿਲਮਾਂ ਦੇ ਪਤਤੀ ਮੈਨੂੰ ਲੱਗਦਾ ਹੈ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ ਕੋਈ ਨਿਯਮ ਨਹੀਂ ਹੈ ਕੋਈ ਪਾਲਿਸੀ ਪੋਜੀਟਿਵ ਨਾ ਹੋਣ ਕਾਰਨ ਪੰਜਾਬ ਸਰਕਾਰ ਕੁਝ ਨਹੀਂ ਕਰਨ ਪਈ ਮੈਨੂੰ ਲੱਗਦਾ ਹੈ ਸੈਂਸਰ ਬੋਰਡ ਦਿੱਲੀ ਜਰੂਰ ਇਸ ਦੇ ਬਾਰੇ ਸੋਚਣਗੇ ਕਿ ਪੰਜਾਬ ਸਰਕਾਰ ਦੀ ਮੰਗ ਨੂੰ ਜੇ ਸੁਣ ਕੇ ਇਹ ਰੋਕਿਆ ਜਾਵੇ ਮੈਨੂੰ ਲੱਗਦਾ ਇਹ ਫਿਲਮ ਰੋਕ ਸਕਦਾ ਹੈ ਹਾਲੇ ਵੀ ਟਾਈਮ ਹੈ ਹਰਿਆਣਾ ਦੇ ਵਿੱਚ ਬਹੁਤ ਸਾਰੇ ਫਿਲਮ ਬਣਨੇ ਉਹ ਚੰਗੇ ਫਿਲਮ ਅੱਗੇ ਲੈ ਕੇ ਆਉਂਦੇ ਨੇ ਕਬੱਡੀ ਬਾਰੇ ਸਪੋਰਟਸ ਬਾਰੇ ਪੰਜਾਬ ਦੇ ਵਿੱਚ ਲੋਕ ਸਸਤੀ ਸੌਰਤ ਲਈ ਪੈਸੇ ਕਮਾਉਣ ਦੇ ਚੱਕਰ ਵਿੱਚ ਇਹੋ ਜਿਹਾ ਫਿਲਮ ਬਣਾਉਂਦੇ ਨੇ ਗੈਂਗਸਟਰ ਕਲਚਰ ਨੂੰ ਬੜਾਉਣ ਇਸ 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 ਸਾਜ਼ਿਸ਼ ਨੂੰ ਸਰਕਾਰ ਸਮਝੇਗੀ ਔਰ ਇਸ ਫਿਲਮ ਨੂੰ ਰੋਕੇਗੀ ਮੈਨੂੰ ਪੂਰਾ ਆਸ ਤੋਂ ਉਮੀਦ ਹੈ ਜ਼ਰੂਰ ਰੋਕਣਗੇ ਜੇ ਨਹੀਂ ਰੋਕ ਸਕਦੇ ਇਸ ਫਿਲਮ ਦੇ ਵਿੱਚ ਜਿਹੜੇ ਗਲਤ ਸੀਨ ਨੇ ਉਹ ਤਾਂ ਕਟਿੰਗ ਜ਼ਰੂਰ ਅਸੀਂ ਕਰਵਾਵਾਂਗੇ ਤੁਸੀਂ ਕੀ ਬੰਦੇਓ ਵੱਡਾ ਕੰਮ ਕੀ ਆ ਪੰਜਾਬ ਦੇ ਲੋਕ ਇਸ ਪਾਸੇ ਕਿਉਂ ਤੁਰ ਪਏ ਨੇ ਗੈਂਗਸਟਰਾਂ ਦੇ ਲਈ ਪਾਸੇ ਫਿਲਮਾਂ ਵਾਲੇ ਪਾਸੇ ਕਿਉਂਕਿ ਕੋਈ ਨਾ ਕੋਈ ਇੱਥੇ ਹਰ ਇੱਕ ਗਾਇਕ ਦਾ ਤੇ ਹਰ ਇੱਕ ਸਿੰਗਰ ਦਾ ਜਿਹੜੇ ਨੌਜਵਾਨ ਪੀੜ੍ਹੀ ਐ ਉਹ ਆਈਡਲ ਹੁੰਦੇ ਨੇ ਉਹਨਾਂ ਨੂੰ ਫੋਲੋ ਕਰਦੇ ਨੇ ਇਹ ਇਸ ਪਾਸੇ ਕਿਉਂ ਤੁਰ ਪਿਆ ਸਾਡਾ ਪੰਜਾਬੀ ਜਿਹੜਾ ਸਿਨੇਮਾ ਹੈ ਕਿਉਂਕਿ ਅਪਾ ਐਨੜੀ ਦੀ ਵੀ ਗੱਲ ਕਰੀਏ ਐਨੜੀ ਵੀ ਕਿਤੇ ਨਾ ਕਿਤੇ ਪ੍ਰੋਡਿਊਸਰ ਬਣ ਕੇ ਆਉਂਦੇ ਨੇ ਪੈਸੇ ਲਗਾਉਂਦੇ ਨੇ ਫਿਲਮਾਂ ਦੇ ਉੱਤੇ ਤਾਂ ਲੱਗਦਾ ਫਿਰ ਕਿਤੇ ਨਾ ਕਿਤੇ ਐਨੜੀ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਜਿਹੜੇ ਬਾਅਦ ਬੈਠੇ ਨੇ ਕਿ ਉਹ ਇਹੋ ਜ ਬਿਲਕੁਲ ਬਿਲਕੁਲ ਇਹੋ ਜਿਹਾ ਫਿਲਮ ਬਣਾਉਣ ਲਈ ਨਾਰਾਇ ਲੋਕ ਨਹੀਂ ਪੈਸੇ ਦੇਣਾ ਚਾਹੀਦਾ ਨਾ ਹੀ ਪ੍ਰੋਮੋਟ ਜਾਂ ਪ੍ਰੋਡਿਊਸਰ ਬੰਨਾ ਚਾਹੀਦਾ ਪਰ ਇਹ ਦੁਨੀਆ ਗਲੋਬਲਾਈਜੇਸ਼ਨ ਪ੍ਰੋਸੈਸ ਦੇ ਵਿੱਚ ਇੰਨੀ ਵਿਗੜ ਚੁੱਕੇ ਹੈ ਲੋਕ ਕਿ ਉਹ ਸਿਰਫ ਤਾਂ ਸਿਰਫ ਪੈਸੇ ਮਾਇਆ ਦੇ ਵਿੱਚ ਮਾਇਆ ਦੇ ਬਾਰੇ ਸੋਚਦੇ ਨੇ ਮੈਨੂੰ ਲੱਗਦਾ ਹੈ ਪੰਜਾਬ ਪੰਜਾਬੀ ਦੀ ਹਿੱਤ ਨੂੰ ਰੱਖਦੇ ਹੋਏ ਪੰਜਾਬੀ ਦੀ ਭਲਾਈ ਲਈ ਪੰਜਾਬੀ ਵਿਰਾਸਤ ਦੀ ਭਲਾਈ ਲਈ ਸੋਚਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਡਾਇਰੈਕਟਰ ਨੂੰ ਫੇਕ ਡਾਇਰੈਕਟਰ ਨਹੀਂ ਇਹ ਸਾਰੇ ਇਹ ਡਾਇਰੈਕਟਰ ਨਹੀਂ ਹੋ ਸਕਦੇ ਇਹ ਪਾਰਟ ਟਾਈਮ ਹੁੰਦੇ ਨੇ ਇਹ ਲੋਕ ਇਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ ਤਾਂ ਕਿ ਗੈਂਗਸਟਰ ਕਲਚਰ ਨੂੰ ਬੜਾਉ ਦੇਣ ਵਾਲੇ ਫਿਲਮ ਬਣਾ ਕੇ ਤੁਸੀਂ ਗਲਤ ਸਭਿਆਚਾਰ ਪੇਸ਼ ਨਾ ਕੀਤਾ ਜਾਵੇ ਫਿਲਮ ਬਣਾਓ ਉਹ ਪੰਜਾਬ ਪੰਜਾਬੀਅਤ ਦੀ ਵਿਰਾਸਤ ਦੀ ਕਿਸਾਨ ਬਾਰੇ ਫਿਲਮ ਬਣਾਓ ਜੋ ਬਟਿੰਡਾ ਦੇ ਵਿੱਚ ਕਿਸਾਨ ਬਹੁਤ سارے ਸੰਕਟ ਨਾਲ ਗੁਜ਼ਰ ਰਹੇ ਨੇ ਉਹਨਾਂ ਬਾਰੇ ਫਿਲਮ ਬਣਾਓ ਚੰਗੇ ਫਿਲਮ ਬਣਾਓ ਲੋਕ ਸੋ ਦੇਖਣਗੇ ਤੁਸੀਂ ਦੇਸ਼ ਪੱਧਰ ਤੇ ਨੈਸ਼ਨਲ ਅਵਾਰਡ ਜਿੱਤ ਸਕਦੇ ਪਰ ਗੈਂਗਸਟਰ ਕਿਲ ਫਿਲਮ ਬਣਾ ਕੇ ਤੁਸੀਂ ਪੈਸੇ ਵੀ ਖੋਗੇ ਨਾਮ ਵੀ ਖੋਗੇ ਤੇ ਸਭਿਆਚਾਰ ਵੀ ਖਤਮ ਕਰੋਗੇ ਇਹ ਸਨ ਸਰਨਾ ਪੰਡਤ ਨੇਵਰ ਜਿਸ ਤਿਕਨਲ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਵੀਡੀਓ ਵਾਇਰਲ ਹੋਈ ਹੈ ਇੱਕ ਅ ਅਫਜ਼ਾਨਾ ਖਾਨ ਦੀ ਉਸ ਨੂੰ ਲੈ ਕੇ ਇਹਨਾਂ ਨੇ ਸ਼ਿਕਾਇਤ ਕੀਤੀ ਤੇ ਸ਼ਿਕਾਇਤ ਐਸਐਸਪੀ ਮੁਖਸ ਸਾਹਿਬ ਕੋਲ ਚਲੀ ਗਈ ਹੈ ਤੇ ਉਸ ਉਪਰ ਵੀ ਹੁਣ ਕਾਰਵਾਈ ਲਾਜ਼ਮੀ ਬਣਦੀ ਹੈ ਕਿਉਂਕਿ ਜਿਸ ਜਿਸ ਤਿਕਨਲ ਗਾਣੇ ਗਾਏਗੇ ਨੇ ਸਕੂਲ ਦੇ ਵਿੱਚ ਜਾ ਕੇ ਉਹ ਨਹੀਂ ਗਾਣੇ ਚਾਹੀਦੇ ਸੀ ਕਿਉਂਕਿ ਪੰਜਾਬ ਸਰਕਾਰ ਨੇ ਵੀ ਠਲ ਪਾਈ ਹੋਈ ਹੈ ਕਿ ਤੁਸੀਂ ਕਿਤੇ ਵੀ ਜਾ ਕੇ ਗੈਂਗਸਟਰ ਨੂੰ ਲਚਕਤਾ ਵਾਲੇ ਗਾਣੇ ਨੂੰ ਜਾਂ ਇਹੋ ਜਿਹੇ ਬੋਲ ਤੁਸੀਂ ਸਟੇਜ ਤੋਂ ਜਾਂ ਕਿਤੇ ਵੀ ਜਾ ਕੇ ਨਹੀਂ ਗਾ ਸਕਦੇ ਜਿਸ ਨਾਲ ਸਮਾਜ ਦੇ ਵਿੱਚ ਬੁਰਾਈ ਪੈਦਾ ਹੋਵੇ ਪਰ ਇਹ ਸਭ ਨਾਲੋਂ ਵੱਡਾ ਇੱਥੇ ਫੈਸਲਾ ਹੋਏਗਾ ਜੇ ਕਾਨੂੰਨ ਅਫਸਾਨਾ ਖਾਨ ਦੇ ਕਾਹਵੀ ਕਰੇਗੀ ਇਹ ਜਿਹੜੇ ਗਾਇਕ ਨੇ ਲਚਕੀਤ ਗਾਉਂਦੇ ਨੇ ਸਭ ਤੋਂ ਵੱਡਾ ਉਹਨਾਂ ਨੂੰ ਸਬਕ ਹੋਏਗਾ ਜੇ ਕੋਈ ਨਾ ਕੋਈ ਇੱਥੇ ਪੁਲਿਸ ਕਾਰਵਾਈ ਕਰਦੀ ਹੈ ਤੇ ਪੰਡਿਤ ਆਦਵ ਦਾ ਦੂਸਰੇ ਪੱਖੇ ਵੀ ਕਹਣਾ ਹੈ ਕਿ ਜਿਹੜੇ ਐਨਾ ਦੀ ਲੋਕ ਪੈਸਾ ਦੇ ਦਿੰਦੇ ਨੇ ਫਿਲਮਾਂ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਗੈਂਗਸਟਰਾਂ ਦੇ ਫਿਲਮਾਂ ਬਣਾਉਣ ਵਾਸਤੇ ਕਿਉਂਕਿ ਪੈਸੇ ਲਾਉਣ ਦੇ ਨਾਲ ਤੁਹਾਡੀ ਇੱਥੇ ਪੰਜਾਬੀ ਸੱਭਿਆਚਾਰ ਨੂੰ ਵੀ ਢਾਹ ਲੱਗਦੀ ਏ ਗੈਂਗਸਟਰ ਦੀ ਫਿਲਮ ਆ ਕੇ ਚੱਲੀ ਜਾਂਦੀ ਹੈ ਪਰ ਸ਼ਾਇਦ ਕਿਤੇ ਨਾ ਕਿਤੇ ਤੁਹਾਡੇ ਪੈਸੇ ਵੀ ਇੱਥੇ ਡੁੱਬ ਜਾਂਦੇ ਨੇ ਤਾਂ ਸਮਝਣਾ ਚਾਹੀਦਾ ਹੈ ਪੰਜਾਬ ਨੂੰ ਤੇ ਪੰਜਾਬੀਤ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਫਿਲਮਾਂ ਤੇ ਗਾਣਿਆਂ ਦੇ ਉੱਤੇ ਇਹੋ ਜੀ ਜਗ੍ਹਾ ਤੇ ਜਿੱਥੇ ਸਰਕਾਰੀ ਦਾਦੇ ਨੇ ਜਾਂ ਜਿੱਥੇ ਸਮਾਜ ਜਾਂ ਸਮਾਜਿਕ ਦੇ ਲੋਕ ਇਕੱਠੇ ਹੁੰਦੇ ਨੇ ਉੱਥੇ ਇਹੋ ਜਿਹੇ ਗਾਣੇ ਨਹੀਂ ਗਾਣੇ ਚਾਹੀਦੇ